ਅਸਲਾਮ ਵਾਲੇਕਮ ਦੋਸਤੋ, ਤੁਸੀਂ ਦੇਖ ਰਹੇ ਹੋ ਨਰਵਾ ਟਰੈਕਟਰ ਯੂਟਿਊਬ ਚੈਨਲ 'ਤੇ ਆ। ਸਾਡੇ ਦੋਸਤ ਇੱਕ ਗੁਜਰਾਂ ਵਾਲੇ ਤੋਂ ਆਏ ਨੇ। ਇਹਨਾਂ ਟਰੈਕਟਰ ਲਿਆ 385-2023 ਮਾਡਲ ਅਤੇ ਟੈਸਟ ਕਰਦੇ ਪਏ, ਚੈੱਕ ਕਰਦੇ ਪਏ ਨੇ ਅਤੇ ਬ੍ਰੇਕਾਂ ਸ਼ਰੇਕਾਂ ਚੈੱਕ ਕਰਦੇ ਪਏ, ਸਾਰਾ ਕੁਛ ਇਹਦਾ ਕਲੱਚ ਪਲੇਟਾਂ ਚੈੱਕ ਕਰਦੇ ਪਏ ਨੇ ਅਤੇ ਹਾਂਜੀ ਭਾਅ ਜੀ ਸਹੀ ਆ, ਠੀਕ ਆ, ਉਹਨਾਂ ਚੈੱਕ ਕੀਤਾ ਸਾਰਾ ਕੁਛ 85 'ਚ ਅਤੇ ਬਕਾਇਆ ਦੇਖ ਸਕਦੇ ਦੋਸਤੋ। ਨਵਾਂ 83 ਮਾਡਲ ਪੈਂਥਰ ਦੇ ਪੈਰਾਂ 'ਚ ਲਿਆ ਦੋਸਤੋ, ਉਹਨੂੰ ਫੁੱਲ ਇਹਦੀ ਟੈਸਟਿੰਗ ਕਰਦੇ ਪਏ ਪੈਂਥਰ ਦੇ ਟਾਇਰ 'ਚ। ਬਕਾਇਆ ਦੇਖ ਸਕਦੇ ਹੋ, ਫੁੱਲ ਆਪਣੀ ਤਸੱਲੀ ਕਰਦੇ ਪਏ ਨੇ। ਸਮਾਨ ਸਮੂਨ ਉਹਨਾਂ ਜਿਹੜਾ ਟੂਲ 'ਚ ਸੀ ਉਹ ਮਿਲ ਗਿਆ ਅਤੇ ਕਹਿ ਰਹੇ ਨੇ ਅੱਛਾ ਬਕਾਇਆ ਇਹ ਤਾਂ ਚਲਾਉਣਗੇ ਅਤੇ ਫਿਰ ਹੀ ਜਾ ਕੇ ਦੱਸਣਗੇ ਕੁਛ ਬਾਰੇ ਪੂਰੇ। ਕੁਛ ਮਾਈਟ ਲਵਾਉਣ ਲੱਗੇ, ਬਣ ਗਿਆ ਇਰਾਦਾ ਮੈਟਾਂ ਦਾ ਵੀ, ਬਣ ਗਿਆ ਇਰਾਦਾ ਮੈਟਾਂ। ਚਲੋ ਜੀ, ਉਹ ਚਾਚੂ ਹੋਣੀ ਵੀ ਦਿਹਾੜੀਦਾਰ ਨੇ ਆਪਣੇ ਆਏ ਨੇ ਇੱਥੇ ਦਿਹਾੜੀ ਲਾਉਣ ਅਤੇ ਉਹਨਾਂ ਦਾ ਵੀ ਚਲੋ ਹੈਗਾ ਕੁਛ ਬਣ ਗਿਆ, ਉਹਨਾਂ ਨੂੰ ਵੀ ਕੁਛ ਜਾਂਦਿਆਂ ਕੋਈ 1000 ਰੁਪਈਆ ਕੋਈ 2000 ਵਟਾ ਕੇ ਜਾਂਦੇ। ਦੇਖ ਸਕਦੇ ਹੋ ਬਕਾਇਆ ਜਿਹੜਾ ਰੇਟ ਆ ਉਹ ਮੁਖਤਲਿਫ ਚੱਲਦਾ ਪਿਆ ਇੱਥੇ ਮਾਰਕੀਟ 'ਚ। ਬਕਾਇਆ ਦੇਖ ਸਕਦੇ 32 ਲੱਖ ਅਤੇ ਜਿਹੜਾ ਨਾ ਉਹ ਇਹਨਾਂ ਨੂੰ 16,000 ਰੁਪਏ 'ਚ ਟਰੈਕਟਰ ਮਿਲਿਆ ਅਤੇ ਇਹ ਕੋਈ ਸਕੀਮ ਚੱਲਦੀ ਪਈ ਜਿਸ 'ਚ ਇਹਨਾਂ ਨੂੰ ਟਰੈਕਟਰ ਮਿਲਿਆ। ਜ਼ਿਆਦਾਤਰ ਤਾਂ ਰੋਜ਼ਾਨਾ ਫਾਰਮ ਇੰਡਸਟਰੀ ਦਾ ਹੀ ਜਿਹੜਾ ਨਾ ਉਹ ਗਾਹਕ ਆ ਰਿਹਾ ਅਤੇ ਆਹ ਦੇਖ ਸਕਦੇ ਹੋ ਮੈਟ ਲੱਗ ਚੁੱਕਿਆ ਅਤੇ ਮੈਟ ਨਾਲ ਥੋੜ੍ਹਾ ਜਿਹਾ ਸੋਹਣਾ ਹੋ ਗਿਆ ਕੰਮ ਅਤੇ ਵੀਡੀਓ ਅੱਛੀ ਲੱਗੇ ਵੀਡੀਓ ਲਾਈਕ ਕਰ ਦਿਓ, ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ। ਨਵੀਂ ਤੋਂ ਨਵੀਂ ਜਿਹੜੀ ਵੀਡੀਓ ਤੁਹਾਡੇ ਦੋਸਤਾਂ ਤੱਕ ਪਹੁੰਚਦੀ ਹੈ।